ਰਾਤ ਨੂੰ ਆਰਾਧਨਾ ਕਰਨੀ, ਜੇ ਬਾ ਜਪ ਗੁਰਨਾ। ਦੂਸਰਾ ਹੈਗਾ ਇਹ ਚੀਜ਼, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾ, ਸਤਿਗੁਰ ਛੇਤੀ ਰੱਤਿਆਂ। ਪੰਜ ਗੱਲਾਂ ਨੇ, ਦਰਗੇ ਪਾਈ ਹੇਠਾਂ। ਜੇ ਇਰਾਦਾ ਕਰ ਲਵੇ, ਔਖੇ ਤੇ ਔਖਾ ਅਸੀਂ ਕੰਮ ਕਰ ਲੈਂਦੇ ਹਾਂ, ਲੇਕਿਨ ਉਹ ਫਿਕਰ ਨਹੀਂ ਸਾਡੇ ਮਨ 'ਚ ਵੀ ਇਹ ਗੱਲ ਆਊਗੀ ਸਾਡੇ ਸਾਹਮਣੇ, ਟਲਣੀ ਤਾਂ ਨਹੀਂ ਹੈ ਸਾਹਿਬ ਜੀ, ਇਹ ਤਾਂ ਜ਼ਰੂਰ ਆਉਣੀ ਹੈ। ਪਰ ਦੂਜਾ ਜਿਹੜਾ ਮਹਾਰਾਜ ਨੇ ਕਿਹਾ, ਐ ਨਾ ਸਮਝ ਵੀ ਫੇਰ ਮੁੜ ਕੇ ਗਰੰਟੀ ਹੈ ਤੈਨੂੰ ਮਨੁੱਖ ਬਣਨ ਦੀ। ਖਬਰ ਕਿਹੜਾ ਕੰਮ ਦਿੱਤੇ ਹੋਗਾ ਜਿਹਦਾ ਲੇਖਾ ਦੇਣ ਵਾਸਤੇ ਤੈਨੂੰ ਪਸ਼ੂ ਬਣਨਾ ਪਵੇ। ਕਬੀਰ ਸਾਹਿਬ ਜਾਂ ਜਾਇਆ ਕਰਦੇ ਸੀ ਤਾਂ ਇੱਕ ਘਰ ਦੇ ਵਿੱਚ ਘਰਾੜਿਆਂ ਦੀ ਆਵਾਜ਼ ਆਉਂਦੀ ਹੁੰਦੀ। ਇੱਕ ਦਿਨ ਖੜ ਗਏ, ਕਹਿੰਦੇ ਭਾਈ ਇਹ ਦਿਨੇ ਹੀ ਕੌਣ ਸੌਂ ਜਾਂਦਾ? ਕਹਿੰਦੇ ਮਹਾਰਾਜ ਸੌਂਦਾ ਤਾਂ ਕੋਈ ਨਹੀਂ, ਇਹ ਸਾਡੇ ਗੁਰੂ ਜੀ ਨੇ ਸਮਾਧੀ ਵਿੱਚ ਗਏ ਹੋਏ ਨੇ। ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਵੀ ਮੇਰੇ ਅੰਦਰੋਂ ਅਨਹਦ ਸ਼ਬਦ ਇੰਨੇ ਜ਼ੋਰ ਦੀ ਵੱਜਣੇ ਨੇ, ਤੁਸੀਂ ਭਰਮ 'ਚ ਨਾ ਪਿਓ। ਪਹਿਲਾਂ ਹੀ ਬੰਦੋਬਸਤ, ਛੱਕ ਛੁਕਾ ਕੇ ਖਾ ਜਾਣ, ਮੱਖਣ ਛੱਕਣ ਖਾ ਕੇ ਪੈ ਜਾਣ। ਕਬੀਰ ਸਾਹਿਬ ਨੂੰ ਮਿਲ ਗਿਆ ਇੱਕ ਦਿਨ। ਕਬੀਰ ਸਾਹਿਬ ਕਹਿੰਦੇ ਸੰਤ ਜੀ ਕਿਉਂ ਧੋਖਾ ਦਿੰਦੇ ਹੋ? ਇਹਨਾਂ ਨੂੰ ਕਹਿੰਦੇ ਹੋ ਅਨਹਦ ਸ਼ਬਦ ਵੱਜਦੇ ਆ, ਹੁੰਦੇ ਤੁਹਾਡੇ ਘਰਾੜਿਆਂ ਸੁੱਤੇ ਪਏ, ਤੁਸੀਂ ਨਾਮ ਜਪੋ, ਇਹਨਾਂ ਦਾ ਖਾ ਪੀ ਕੇ ਲੇਖਾ ਦੇਣਾ ਪੈ ਜੂ ਤੁਹਾਨੂੰ। ਉਹ ਕਹਿੰਦਾ ਦੇਖ ਤੂੰ ਹੈ ਜਲਾਹਾ, ਮੈਂ ਹਾਂ ਬ੍ਰਾਹਮਣ, ਤੂੰ ਹੈ ਗ੍ਰਿਸ਼ਤੀ, ਮੈਂ ਹਾਂ ਸੰਨਿਆਸੀ, ਤੂੰ ਤਾਂ ਮੇਰੇ ਪੈਰ ਵਰਗਾ ਵੀ ਨਹੀਂ ਹੈਗਾ, ਚਾਹੇ ਸਾਰਾ ਜ਼ੋਰ ਲਾ ਲਾ ਜਿੰਨਾ ਤੇਰਾ ਲੱਗਦਾ, ਮੇਰੀ ਜਾਤ ਇੰਨੀ ਉੱਚੀ ਹੈ, ਬ੍ਰਾਹਮਣ ਵੀ ਕਦੇ ਜਾਂਦਾ ਨਰਕਾਂ ਨੂੰ, ਫਿਰ ਮੈਂ ਸੰਨਿਆਸੀ ਹਾਂ, ਸੰਨਿਆਸ ਲਿਆ ਹੋਇਆ। ਉਹ ਕਹਿੰਦੇ ਸੰਤ ਜੀ ਭਜਨ ਬਿਨਾਂ ਨਹੀਂ ਛੁਟਕਾਰਾ ਹੁੰਦਾ, ਦੇਖ ਹੀ ਨਹੀਂ ਨਾ ਜਾਤ ਉੱਥੇ ਪੁੱਛਦਾ ਕੋਈ, ਚੰਗਾ ਕਹਿੰਦੇ ਤੇਰੀ ਮਰਜ਼ੀ। ਸਮਾਂ ਲੰਘ ਗਿਆ, ਜਾ ਰਹੇ ਨੇ ਅਤੇ ਕੀ ਦੇਖਦੇ ਨੇ, ਪਛਾਣ ਸੀ ਉਹਨਾਂ ਦੀ, ਉਹ ਹਲ ਜੋੜਿਆ ਹੋਇਆ, ਇੱਕ ਬੈਲ ਹੈ ਬੜਾ ਤਗੜਾ, ਉਹ ਗੋਡੀ ਲਾਈ ਬੈਠਾ। ਜਦ ਉਹ ਉਠਾਲਦੇ ਨੇ, ਲੰਮਾ ਪੈ ਗਿਆ, ਬਥੇਰਾ ਮਾਰਿਆ, ਬਥੇਰਾ ਕੁੱਟਿਆ, ਨੱਥ ਪਾਈ ਹੋਈ ਹੈ, ਮੂੰਹ ਬੰਨਤਾ ਵੀ, ਜਦ ਇਹਦਾ ਸਾਹ ਬੰਦ ਹੋਊ ਆਪੇ ਉੱਠ ਕੇ ਕਿਹੜਾ ਵੀ ਫੇਰ ਨਹੀਂ ਜਾਂਦਾ, ਇਹੋ ਜਿਹਾ ਢੀਠ ਹੈ। ਕਬੀਰ ਸਾਹਿਬ ਚਲੇ ਗਏ ਕੋਲ, ਯੋਗ ਵੱਲ ਨਾਲ ਦੇਖਿਆ ਵੀ ਇਹ ਕਿਹੜੀ ਰੂਹ ਹੋਈ ਲੇਖਾ ਦੇ ਰਹੀ ਹੈ। ਉਹ ਸਾਹਮਣੇ ਆ ਗਿਆ ਵੀ ਆਹ ਤਾਂ ਉਹੀ ਸੰਨਿਆਸੀ ਹੈ। ਕਹਿੰਦੇ ਵੀ ਸਾਨੂੰ ਗੱਲ ਕਰ ਲੈਣ ਦੇ, ਪਾਸੇ ਹਟ ਜਾ ਤੁਸੀਂ। ਕਹਿੰਦੇ ਹੁਣ ਦੱਸ, ਪੈ ਗਿਆ ਨਾ ਲੇਖਾ ਦੇਣਾ, ਹੁਣ ਤੂੰ ਕਿਵੇਂ ਪਰਮੇਸ਼ਰ ਦੇ ਗੁਣ ਗਾ ਲਏਗਾ? ਚਾਰ ਪਾਪ ਦੋਏ ਸਿੰਘ ਗੁੰਗ ਮੁਖ, ਤਪ ਕੈਸੇ ਗੁਣ ਗਈ ਹੈ? ਉਠਤ ਬੈਠਤ ਠੇਂਗਾ ਪਰ ਹੈ, ਤਬਕਾ ਤਾਂ ਮੂੰਡ ਲੈ ਪਈ ਹੈ। ਹੁਣ ਦੱਸ, ਨੱਕ 'ਚ ਤੇਰੀ ਨੱਥ ਪਈ ਹੋਈ ਹੈ, ਕੰਧਾ ਤੇਰਾ ਟੁੱਟਿਆ ਪਿਆ, ਅਤੇ ਜਦੋਂ ਅਸੀਂ ਕਹਿੰਦੇ ਸੀ ਤੈਨੂੰ, ਹੁਣ ਕੋਦੋ ਕੋ ਪੁਸ ਤੈਨੂੰ ਮਿਲਦਾ, ਉਹਦੇ ਨਾਲ ਤੇਰਾ ਪੇਟ ਨਹੀਂ ਭਰਦਾ, ਉੱਥੇ ਤਾਂ ਮੱਖਣ ਖਾਂਦਾ ਰਿਹਾ, ਅਤੇ ਹੁਣ ਜਨ ਭਗਤ ਨੂੰ ਕੋ ਕਹੋ ਨਾ ਮਨ ਕੀਤੋ ਕੀ ਆਪਣਾ ਪਈ ਹੈ, ਹੁਣ ਤੈਂ ਕਰਿਆ, ਹੁਣ ਭੁਗਤ ਪਿਆ ਰਿਹਾ, ਹੁਣ ਕਿਵੇਂ ਅਸੀਂ ਤੈਨੂੰ ਸਲਾਹ ਦੇ ਦਈਏ? ਗੁੰਗਾ ਮੁੱਖ ਹੋ ਗਿਆ ਹੁਣ ਕਿਵੇਂ ਨਾਮ ਜਪੇ, ਗੁੰਗਾ ਮੁੱਖ ਹੋ ਗਿਆ ਹੁਣ ਕਿਵੇਂ ਨਾਮ ਜਪੇ,
ਉੱਠ ਲੇਖਾ ਦੇ ਬੈਲ ਉੱਠ ਕੇ ਖੜਾ ਹੋ ਗਿਆ। ਇਹ ਕੋਈ ਗਰੰਟੀ ਨਹੀਂ ਹੈ ਸਾਹ ਸਿੰਘ ਜੀ ਵੀ ਅਸੀਂ ਹੁਣ ਮਨੁੱਖ ਬਣੇ ਹਾਂ ਆਉਂਦੀ ਵਾਰ ਨੂੰ। ਅੱਛਾ ਜੇ ਬਣ ਵੀ ਗਏ ਕਿਹਦੇ ਘਰ ਜਾਵਾਂਗੇ? ਹੋਰ ਨਵੇਂ ਬਾਪ ਬਾਪ ਖਸੀ ਆ ਜਾਵੇ, ਕੁੱਟਣ ਵਾਲਾ ਹੀ ਹੋਵੇ, ਪੜ੍ਹਾਵੇ ਹੀ ਨਾ, ਕੱਪੜਾ ਹੀ ਨਾ ਦੇਵੇ, ਗਰੀਬ ਦੇ ਘਰ ਜਾ ਮੜੀਏ। ਇੱਕ ਸੇਠ ਸੀਗਾ, ਇਹ ਸੱਚੀ ਗੱਲ ਮੈਂ ਦੱਸਦਾ ਤੁਹਾਨੂੰ, ਉਹ ਮੁਰਾਦਾਬਾਦ ਦਾ ਸੀ। ਮੋਹਨ ਕੋਲਡ ਡਰਿੰਕਸ ਉਹਨਾਂ ਦੀ ਇੱਕ ਫੈਕਟਰੀ ਹੈ, ਟਾਊਨ ਹਾਲ ਦੇ ਬਿਲਕੁਲ ਨਾਲ ਲੱਗਦੀ, ਜਾ ਕੇ ਜਿਹਨੇ ਦੇਖਣੀਆਂ ਦੇਖ ਲਿਓ। ਉਹ ਸੇਠ ਚੜ੍ਹਾਈ ਕਰ ਗਿਆ, ਉਹ ਨੁਸਖੇ ਨਾ ਕਿਸੇ ਨੂੰ ਵੀ ਦਿੱਤੇ, ਆਪਣੇ ਬੱਚਿਆਂ ਨੂੰ ਨਾ ਦਿੱਤੇ ਵੀ ਜੇ ਅੱਡ ਹੋ ਗਏ ਸਾਰੇ ਬਰਾਬਰ ਖੋਲ੍ਹ ਲੈਣਗੇ। ਛੁਪਾ ਕੇ ਰੱਖ ਗਿਆ ਉਹਨਾਂ ਸਾਰੇ ਜਿੰਨੇ ਵੀ ਫਾਰਮੂਲੇ ਸੀ ਕੋਲਡ ਡਰਿੰਕਸ ਦੇ, ਚੱਲਦੀ ਉਹਦੀ ਬਹੁਤ ਸੀ, ਬਾਹਰ ਵੀ ਸਪਲਾਈ ਕਰ ਰਿਹਾ ਸੀ, ਮੰਨਿਆ ਦਿੰਦਾ ਬੰਦਾ ਸੀਗਾ ਉੱਥੇ। ਉਹ ਕਰਮ ਨੇ ਰੂਹ ਨੂੰ ਜਾ ਕੇ ਵਧਾਈਓ ਦੇ ਵਿੱਚ ਇੱਕ ਟੀਚਰ ਝੌਂਪੜੀ 'ਚ ਰਹਿੰਦਾ ਸੀ, ਛੋਟੀ ਜਾਤ ਦਾ ਜੱਟ ਸੀਗਾ, ਉਹਦੇ ਬੱਚਾ ਹੋ ਗਿਆ। ਅੱਛਾ, ਕੁਦਰਤ ਨੇ ਐਸਾ ਹਿਸਾਬ ਰੱਖਿਆ, ਉਹਦੇ ਯਾਦ ਰਹਿ ਗਿਆ ਪਿਛਲਾ ਜਨਮ। ਉਹ ਜਾਂ 4-5 ਸਾਲ ਦਾ ਹੋਇਆ, ਤੋਤਲੀ ਜੀ ਜਵਾਨਾਂ ਕੇ ਜਾਇਆ ਕਰੇ, ਮੇਰਾ ਤਾਂ ਆਇਆ, ਮੇਰੀ ਦੁਕਾਨ ਹੈ, ਮੇਰਾ ਫਲਾਣਾ ਹੈ। 5 ਸਾਲ ਦਾ ਹੋ ਗਿਆ, ਮਾਸਟਰ ਜੀ ਲੈ ਗਿਆ ਸਕੂਲ 'ਚ, ਉੱਥੇ ਮਾਸਟਰ ਪੁੱਛਣ ਲੱਗ ਗਏ। ਉਹ ਕਹਿੰਦੇ ਉਹਨੂੰ ਕਹਿੰਦੇ, ਮਾਸਟਰ ਜੀ ਆਹ ਮੁਰਾਦਾਬਾਦ ਕਿਹੜਾ ਦੂਰ ਹੈ, ਬਰੇਲੀ ਲੰਘੀ ਮੁਰਾਦਾਬਾਦ ਆ ਗਿਆ, ਰਾਮਪੁਰ ਲੰਘ ਕੇ ਵੀ ਆਪਾਂ ਜਾਏ ਆਈਏ ਇੱਕ ਦਿਨ। ਸਲਾਹ ਕਰ ਲਈ ਸਾਰਿਆਂ ਨੇ, ਕਹਿੰਦੇ ਵੀ ਕਾਕਾ ਤੇਰਾ ਨਾਂ ਕੀ ਸੀ? ਕਹਿੰਦਾ ਮੋਹਨ ਲਾਲ। ਕਹਿੰਦੇ ਤੂੰ ਘਰ ਪਛਾਣ ਜਾਏਗਾ? ਕਹਿੰਦਾ ਬਿਲਕੁਲ, ਮੁਰਾਦਾਬਾਦ ਲੈ ਚਲੋ, ਮੇਰੇ ਸਭ ਯਾਰ ਹੈ। ਬੁੱਧ ਬਾਜ਼ਾਰ 'ਚ ਲੰਘ ਕੇ ਗਾਂ ਟਾਊਨ ਹਾਲ ਆ ਜਾਂਦਾ, ਕਹਿੰਦਾ ਉੱਥੇ ਨਾਲ ਹੀ ਸਾਡੀ ਦੁਕਾਨ ਹੈ। ਉੱਥੋਂ ਚਲੇ ਗਏ, ਮੁਰਾਦਾਬਾਦ ਆ ਗਿਆ, ਪਛਾਣ ਗਿਆ ਸਭ। ਕਹਿੰਦਾ ਆ ਗਿਆ, ਆਈ ਆ ਇੱਧਰਲੇ ਪਾਸੇ ਦੀ ਹੈ, ਪੌੜੀਆਂ ਚੜੋ, ਬਾਹਰ ਨਿਕਲਿਆ। ਉਹ ਅੱਗੇ ਹੋ ਗਿਆ, ਲੋਕ ਸੁਣੀ ਜਾਣ, ਮੇਲਾ ਲੱਗ ਗਿਆ ਉਹਦੇ ਪਿੱਛੇ, ਸੈਂਕੜੇ ਹੀ ਬੰਦੇ ਹੋ। ਰਸਤੇ 'ਚ ਉਹ ਸੀਤਾ ਰਾਮ ਮਿਲ ਸਟੋਰ ਸੀਗਾ, ਉਹ ਕਹਿੰਦਾ ਠਹਿਰੋ ਮੈਂ ਆਪਣੇ ਦੋਸਤ ਨੂੰ ਮਿਲਿਆ ਵਾਂ। ਉੱਥੇ ਜਾ ਕੇ ਹੱਥ ਮਿਲਾਉਣ ਲੱਗ ਗਿਆ, ਉਹ ਚੱਕ ਕੇ ਕਹਿੰਦਾ ਦੋਸਤ ਨਹੀਂ ਮੇਰਾ ਤੂੰ?
ਮੈਂ ਮੋਹਨ ਲਾਲ ਆ, ਆਪਾਂ ਗੰਗਾ ਗਏ ਸੀ ਨਹਾਉਣ, ਫਲਾਣਾ ਕੰਮ ਸਾਰੇ ਯਾਦ ਕਰਾ। ਉਹ ਕਹਿੰਦਾ ਆਇਆ ਤਾਂ ਮੋਹਨ ਲਾਲ, ਰੂਪ ਬਦਲਿਆ ਹੋਇਆ, ਘਰ ਚਲਿਆ ਗਿਆ। ਕੱਠ ਦੇਖ ਕੇ ਬੀਬੀਆਂ ਨਿਕਲ ਆਈਆਂ, ਨੋਹਾਂ ਆ ਗਿਆ। ਕਹਿੰਦਾ ਨੋਹਾਂ ਦਾ ਨਾਂ ਲੈ ਕੇ ਕਹਿੰਦਾ ਪਰਦਾ ਲਓ, ਪਰਦਾ ਕਰੋ, ਪਰਦਾ ਕਰੋ। ਉਹ ਰਾਨ ਬੱਚੇ ਵੱਲ ਘਰ ਵਾਲੀ ਆ ਗਈ, ਅੰਦਰ ਚਲਿਆ ਗਿਆ, ਬਾਹਰ ਲੋਕ ਖੜ ਗਏ ਸਾਰੇ। ਕਹਿੰਦਾ ਮੈਂ ਤੈਨੂੰ ਕਿਹਾ ਸੀਗਾ ਵੀ ਜਿਹੜੇ ਦੇਵਤਿਆਂ ਦੀ ਮੈਂ ਪੂਜਾ ਕਰਦਾ ਉਹ ਤੂੰ ਸਾਫ਼ ਸੁਥਰੇ ਰੱਖੀ, ਅਤੇ ਮੈਂ ਦੇਖਣਾ ਚਾਹੁੰਦਾ ਕੋਠੇ 'ਤੇ ਚੜ੍ਹ ਗਿਆ ਉਹਨੇ ਤਾਂ ਗਰਦ ਪਈ ਹੋਈ, ਝਾੜੇ ਉਹਨੂੰ ਘੂਰੇ ਘਰ ਵਾਲੀ ਕੁੜੀ ਨੂੰ। ਕਹਿੰਦਾ ਤੈਂ ਧਿਆਨ ਨਹੀਂ ਦਿੱਤਾ ਮੇਰੀ ਗੱਲ। ਉਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਸ਼ਹਿਰ ਦੇ ਪਤਵੰਤ 'ਤੇ ਆਏ, ਕਹਿਣ ਲੱਗੇ ਵੀ ਕੱਲ੍ਹ ਨੂੰ ਟਾਊਨ ਹਾਲ 'ਚ ਬੱਚੇ ਤੋਂ ਗੱਲਾਂ ਪੁੱਛਾਂਗੇ। ਟਾਊਨ ਹਾਲ ਭਰ ਗਿਆ, ਬਾਹਰ ਭਰ ਗਿਆ, ਲਾਊਡ ਸਪੀਕਰ ਲਾ ਲਏ। 58 ਦੀ ਗੱਲ ਹੈ, ਬਹੁਤੀ ਦੇਰ ਦੀ ਨਹੀਂ ਆ ਜਦ ਉੱਥੇ ਹੁੰਦੇ ਅਸੀਂ। ਉਹਨੇ ਸਾਰੀਆਂ ਗੱਲਾਂ ਦੱਸੀਆਂ। ਉਹਦੇ ਬਾਅਦ ਜਦੋਂ ਉਹਦਾ ਪਿਤਾ ਮਾਸਟਰ ਲਿਜਾਣ ਲੱਗਿਆ, ਕਹਿੰਦਾ ਮੈਂ ਤਾਂ ਨਹੀਂ ਜਾਣਾ, ਮੇਰਾ ਤਾਂ ਆਹੀ ਘਰ ਹੈ, ਮੇਰੀ ਆਹੀ ਦੁਕਾਨ ਹੈ। ਉਹਦੇ ਮੁੰਡਿਆਂ ਨੂੰ ਪਿਆ ਫਿਕਰ, ਕਹਿੰਦੇ ਆ ਜਵਾਕ ਨੂੰ ਅਸੀਂ ਕਿੱਥੇ ਲਵਾਂਗੇ ਸੀਗਾ, ਸਾਡਾ ਬਾਪੂ ਕਰ ਗਿਆ, ਤੁਰ ਗਿਆ, ਹੁਣ ਇੱਥੇ ਜਾ ਪੜਿਆ, ਇੱਥੇ ਹੀ ਰਹੇ। ਉਹ ਕਹਿੰਦਾ ਦੇਖ ਮੈਂ ਜਿਹੜੇ ਨੁਸਖੇ ਬਣਾਏ ਹੋਏ ਸੀ ਤੁਹਾਨੂੰ ਲੱਭ ਗਏ? ਕਹਿੰਦਾ ਨਹੀਂ ਲੱਭੇ। ਉਹਨੇ ਦਰਾਜ਼ ਖੋਲ੍ਹਿਆ ਅਤੇ ਉਹ ਸੀਕਰਟ ਰੱਖੇ ਹੋਏ ਸੀ ਉਹਦੇ ਵਿੱਚ ਪਲੇਟ, ਕਹਿੰਦਾ ਆਏ ਨੇ ਆ ਪੜ੍ਹ ਲਓ, ਕਹਿੰਦਾ ਤੁਹਾਡੀ ਬਿਜ਼ਨਸ ਹੈ ਇਹਦੇ ਨਾਲ ਚੱਲੂ ਚੰਗੀ। ਉਹ ਦੇਹੀ ਕਿਸੇ ਕਿਸੇ ਨੂੰ ਤਾਂ ਮਿਲਦੀ ਹੈ, ਪਰ ਕਿੱਥੇ ਜਾ ਕੇ ਮਿਲ ਗਈ ਉਹਦੇ ਤਾਂ ਯਾਦ ਰਹਿ ਗਈ, ਹੋਰ ਸਾਰਿਆਂ ਦੇ ਥੋੜ੍ਹੋ ਯਾਦ ਨੇ। ਮਹਾਰਾਜ ਕਹਿੰਦੇ ਤੂੰ ਹੁਣੇ ਐਸੇ ਵੇਲੇ ਨਾ ਐਸੇ ਜਨਮ 'ਚ ਆਵਤ ਸੋ ਜਨ ਨਾਮੇ ਰਾਤਾ, ਇੱਕ ਆਏ ਆਵਨ ਫਿਰ ਜੋਨ ਨਾ ਆਇਆ। ਕਹਿੰਦੇ ਆ ਤਾਂ ਗਏ, ਹੁਣ ਕੋਸ਼ਿਸ਼ ਕਰੋ ਵੀ ਮੁੜ ਕੇ ਜੋਨ ਨਾ ਆਈ, ਨਾਨਕ ਕਰਕੇ ਦਰਦ ਸਮਾਇਆ। ਐਂ ਪੜ੍ਹ ਲਓ, ਵਾਰ ਵਾਰ ਨਾ ਮਿਲਣੀ ਮਾਨਸ ਦੀ, ਮਾਨਸ ਜਿਉਂ ਬਨ ਫਲ ਪੱਕ ਕੇ ਪੋਏਂਗ ਰਹਿ ਬਾਹਰ ਨਾ ਲੱਗੇ।
ਫੱਫਾ ਫਿਰਦੇ ਫਿਰਦੇ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ। ਮਹਾਰਾਜ ਕਹਿੰਦੇ ਪਿਆਰਿਆ ਇੱਕ ਗੱਲ ਅਸੀਂ ਤੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ, ਬਹੁਤ ਸੀਕਰਟ ਹੈ। ਉਹ ਹੈ ਵੀ ਤੇਰੇ ਤੂੰ ਕਲਯੁਗ 'ਚ ਮਨੁੱਖ ਬਣ ਗਿਆ। ਅਸੀਂ ਕਹਾਂਗੇ ਤਾਂ ਮਾੜਾ ਬਹੁਤ ਮਾੜਾ ਸੱਚੇ ਪਾਤਸ਼ਾਹ, ਜੇ ਬਣਾਉਣਾ ਸੀ ਸਤਯੁਗ 'ਚ ਬਣਾਉਂਦੇ। ਮਹਾਰਾਜ ਕਹਿੰਦੇ ਨਹੀਂ, ਬੜਾ ਭਾਰਾ ਕਨਸੈਸ਼ਨ ਹੈ ਇਸ ਵੇਲੇ। ਦਰਵਾਜ਼ਾ ਖੋਲ੍ਹ ਦਿੱਤਾ ਗੁਰੂ ਮਹਾਰਾਜ, ਨਿਕਲ ਜਾਓ ਜੀ ਤਾਂ ਨਿਕਲ। ਕਹਿੰਦੇ 10,000 ਸਾਲ ਦੀ ਤਪੱਸਿਆ ਕੀਤੀ ਹੋਈ, 33 ਯੁੱਗ ਦੇ 1,000 ਸਾਲ ਦੀ ਤਪੱਸਿਆ ਦੇ ਬਰਾਬਰ, ਅਤੇ ਦੁਆਪਰ ਯੁੱਗ ਦੀ 100 ਸਾਲ ਦੀ ਤਪੱਸਿਆ ਦੇ ਬਰਾਬਰ, ਅਤੇ ਕਲਯੁੱਗ ਦੇ ਵਿੱਚ ਕਿੰਨਾ ਕਨਸੈਸ਼ਨ ਆ ਜਿਹੜਾ ਤੁਸੀਂ ਅੱਜ ਸਤਸੰਗ ਕਰ ਲਓਗੇ ਨਾ, ਅੱਜ ਇਹ 10,000 ਸਾਲ ਦੀ ਤਪੱਸਿਆ ਦੇ ਬਰਾਬਰ ਹੋ ਗਿਆ। ਹੁਣ ਦੱਸੋ ਫਲ ਕਿੰਨਾ? ਮਹਾਰਾਜ ਨੇ ਕਹਿਤਾ 20 ਕੋਟ ਕਿ ਜੱਗ ਫਲਾ ਸੁਣ ਗਾਵਣ ਹਾਰੇ ਰਾਮ। 20 ਕਰੋੜ ਜੱਗਾਂ ਦਾ ਫਲ ਹੋ ਗਿਆ, ਕੋਈ ਕਵਿਤਾ ਨਹੀਂ ਬਣਾਈ ਹੋਈ, ਇਹ ਤੁਰਕੀ ਬਾਣੀ ਹੈ, ਦਰਗਾਹ ਤੋਂ ਆਈ। ਹੁਣ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮੋ ਜੈਸੀ ਮੈਂ ਆਪ ਹੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇਰਾ। ਦਰਗਾਹ ਦੇ ਬਚਨ ਮਹਾਰਾਜ ਕਹਿੰਦੇ ਕਹਿ ਰਹੇ ਹਾਂ ਅਸੀਂ, ਸਾਨੂੰ ਕਾਲ ਪੁਰਖ ਵੱਲੋਂ ਆ ਰਹੇ, ਅਭੇਦ ਅਵਸਥਾ 'ਚੋਂ ਪੈਦਾ ਹੋ ਰਹੇ। ਕਹਿੰਦੇ ਇੱਕ ਘੜੀ ਸਤਸੰਗ ਕੀਤੀ ਹੋਈ ਆ, ਆਪਾਂ ਤਾਂ 3 ਘੰਟੇ ਕਰ ਲੈਂਦੇ ਹਾਂ। ਫਲ ਕਿੰਨਾ ਹੋ ਗਿਆ? 20 ਕੋਟਕ ਜੱਗ ਫਲਾ ਸੁਣ ਗਾਵਣ ਹਾਰੇ। ਇਹਨੂੰ ਵਿਚਾਰੋ ਵੀ ਕਿੰਨਾ ਹੋ ਗਿਆ ਬੱਲੇ, ਇਹ ਤਾਂ 50-100 ਜਨਮ 'ਚ ਨਹੀਂ ਹੁੰਦਾ ਇਹਨਾਂ ਦਾ। ਜੇ ਰੋਜ਼ ਇੱਕ ਜੱਗ ਕਰੀਏ ਨਾ, ਜਿੱਦਣ ਪੈਦਾ ਹੋ ਜਾਏ ਉਦੋਂ ਤੋਂ ਹੀ ਕੋਈ ਅਮੀਰ ਆਦਮੀ ਆਪਣੇ ਬੱਚੇ ਦੇ ਨਿਮਿੱਤ ਕਰਨ ਲੱਗ ਜਾਵੇ, ਅਤੇ ਵਾਹਿਗੁਰੂ 100 ਸਾਲ ਦੀ ਉਮਰ ਦੇਵੇ ਤਾਂ 36,500 ਜੱਗ ਹੁੰਦਾ ਸਾਰੀ ਉਮਰ 'ਚ। ਫਿਰ 10 ਜਨਮ 'ਚ ਕਿੰਨਾ ਹੋ ਗਿਆ? ਜਨਮ ਦੇ ਲਓ 3,65,000 ਜੱਗ ਹੋਇਆ 10 ਜਨਮ, 100 ਜਨਮ 'ਚ 36 ਲੱਖ ਹੋ ਗਿਆ। ਹੋਰ ਅੱਗੇ ਲੈ ਲਓ 1,000 ਜਨਮ 'ਚ ਤਾਂ 3 ਕਰੋੜ ਜੱਗ ਹੋਇਆ। ਤੁਹਾਨੂੰ ਇੱਥੇ ਬੈਠਿਆਂ ਨੂੰ ਇਹ 3 ਘੰਟੇ ਦੇ ਅੰਦਰ ਫਲ ਮਿਲ ਜਾਣਾ ਜੇ ਵਿਸ਼ਵਾਸ ਹੈਗਾ। ਉਹ ਕਹਿੰਦਾ ਕਲਯੁਗ 'ਚ ਮਨੁੱਖ ਬਣ ਗਿਆ, ਤੂੰ ਸ਼ੁਕਰ ਕਰ ਵਾਹਿਗੁਰੂ ਦਾ, ਕਿਉਂਕਿ ਕਲਯੁਗ 'ਚ ਸਪੈਸ਼ਲ ਕਨਸੈਸ਼ਨ ਹੈ। ਕੱਟੀ ਜਾਵੇਗੀ ਜਮਾਂ ਵਾਲੀ ਫਾਈ, ਸਤਨਾਮ ਬੋਲ ਵਾਹਿਗੁਰੂ, ਕੱਟੇ ਜਾਣਗੇ 84 ਵਾਲੇ ਗੇੜੇ, ਸਤਨਾਮ ਬੋਲ ਵਾਹਿਗੁਰੂ। ਆਹ
ਇੱਕ ਛੇਨ 'ਤੇ ਆਇਓ, ਕਾਲ ਫਾਸ ਕੇ ਬੀਜਣਾ ਹੈ। ਦੱਸੋ ਐਡਾ ਫਲ ਕਿਸੇ ਪਹਿਲਿਆਂ ਯੁੱਗਾਂ ਸੀਗਾ? ਕਹਿੰਦੇ ਮਹਾਰਾਜ ਕੋਈ ਹੈ ਐਸੀ ਮਿਸਾਲ? ਕਹਿੰਦੇ ਬਹੁਤ ਵੱਡੀ ਮਿਸਾਲ ਹੈ। ਅਜਾ ਮਲਕੋ ਅੰਤਕਾਲ ਮੇਂ ਨਾਰਾਇਣ ਸੁਧਾਈ ਜਾਗਤ ਕੋ ਜੋਗੀ ਸ਼ਿਰਵਾਂਚਿਤ ਸੋ ਗਤ ਛਿਨਵੇਂ ਪਾਈ। ਅਜਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਪਈ ਪਾਵਨੀ ਜਮ ਕੰਕਰ ਮਾਰ ਬਤਾ। ਉਹ ਇੱਕੋ ਵਾਰੀ ਨਾਰਾਇਣ ਕਿਹਾ ਸੀ, ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ। ਹੋਇਆ ਕੀ ਨਾਰਾਇਣ ਕਹਿੰਦੇ ਨਾਲ? ਉਹਦੀ ਸੁਰਤੀ ਨਾਰਾਇਣ ਚਲੀ ਗਈ, ਹਾਕਤਾਂ ਪੁੱਤਰ ਨੂੰ ਮਾਰੀ ਸੀ, ਉਹ ਸੁਰਤ ਚਲੀ ਗਈ ਨਾਰਾਇਣ 'ਚ, ਵਾਹਿਗੁਰੂ 'ਚ। ਸੁਰਤ ਦਾ ਹੀ ਸਾਰਾ ਖੇਲ ਹੁੰਦਾ, ਅੰਤ ਮਤੇ ਸੁਗਤੇ। ਉਸੇ ਵੇਲੇ ਕਹਿੰਦੇ ਜਮਗਣ ਮਾਰੇ ਹਰਜਨਾ ਗਿਆ ਸੁਰਗ ਜਮਡਣ ਨਸਿਆ। ਬਵਾਨ ਆ ਗਏ, ਉਹ ਜਮ ਹੈਰਾਨ ਹੋ ਗਏ ਵੀ ਇਹ ਤਾਂ ਸਾਰੀ ਜ਼ਿੰਦਗੀ ਦਾ ਪਾਪੀ ਹੈ, ਪਤਤਾ ਜਾਮਲ ਪਾਪ ਕਰ ਜਾਏ ਕਲਾ ਵਾਤਣੀ ਤੇ ਰਹਿਆ। ਬਿਰਥਾ ਜਨਮ ਗਵਾਇਨ ਪਵਜਲ ਅੰਦਰ ਫਿਰਦਾ ਬਹਿਆ, ਗੁਰ ਤੇ ਬੇਮੁੱਖ ਹੋਏ ਕੇ। ਗੁਰੂ ਤੋਂ ਬੇਮੁੱਖ ਹੋਇਆ ਹੋਇਆ ਪਵਜਲ ਵਿੱਚ ਫਿਰਦਾ, ਅਤੇ ਇਹਦਾ ਮਤਲਬ ਕੀ ਹੋਇਆ ਵੀ ਇਹ ਕਹਿੰਦੇ ਇਹਨੇ ਨਾਰਾਇਣ ਨੂੰ ਹਾਕ ਮਾਰਤੀ ਇੱਕ ਵਾਰੀ। ਉਹਦਾ ਬਿਰਧ ਹੈ ਜਿਹੜਾ ਉਹਨੂੰ ਯਾਦ ਕਰਦਾ ਉੱਥੇ ਉਸੇ ਵੇਲੇ ਹਾਜ਼ਰ ਹੋ ਜਾਂਦਾ। ਉਹਨੇ ਕਿਤੋਂ ਆਉਣਾ ਜਾਣੇ, ਕੋਲ ਤਾਂ ਹੈ, ਨਾਲ ਆਇਆ ਦੇਖਦੇ। ਕਹਿੰਦੇ ਨਾਲ ਨਾਲ ਪਛਾਣ ਕੇ ਇੱਕ ਵਾਰੀ ਵਾਹਿਗੁਰੂ ਕਹਿ ਦੀ, ਬੜਾ ਸੋਹਣਾ ਹੈ। ਇੱਕ ਸੇਠ ਨੇ ਸੁਣ ਲਈ ਇਹ ਸਾਖੀ, ਜਵਾਨ ਸੀ, ਕਹਿਣ ਲੱਗਿਆ ਲੈ ਐਵੇਂ ਕਰਾਂਗੇ। ਚਾਰ ਪੁੱਤ ਹੋਏ, ਬੜੇ ਦਾ ਨਾਮ ਰਾਮਚੰਦਰ, ਛੋਟੇ ਨਾਮ ਕ੍ਰਿਸ਼ਨ ਜੀ, ਕ੍ਰਿਸ਼ਨ ਚੰਦਰ ਰੱਖ ਲਿਆ, ਗੋਬਿੰਦ ਰੱਖ ਲਿਆ, ਨਾਰਾਇਣ ਰੱਖ ਲਿਆ। ਉਹ ਅੰਤ ਸਮਾਂ ਜਦ ਆਇਆ, ਅੱਜ ਗੱਲ ਕਰੀ ਜਾ, ਫਲਾਣੇ 'ਤੇ ਇੰਨਾ ਲੈਣਾ, ਫਲਾਣੇ ਦਾ ਬਿੱਲ ਆਇਆ ਹੋਇਆ ਗਲਤ ਹੈ। ਉਹ ਪੰਚਾਇਤ ਬੈਠੀ ਸੀ, ਕਹਿੰਦੇ ਸੇਠ ਜੀ ਰਾਮ ਦਾ ਨਾਮ, ਰਾਮ ਦਾ ਨਾਮ ਲੈਂਦਾ ਹੀ ਨਹੀਂ, ਇੰਨੇ ਪੈਸੇ ਨੇ ਬੈਂਕ 'ਚ, ਫਲਾਣੀ ਚੀਜ਼ ਉਹ ਤੋਂ ਲੈਣੇ ਨੇ, ਉਹ ਲਿਖੇ ਨਹੀਂ ਹੈ, ਮੈਂ ਹੱਥ ਧਾਰ ਦਿੱਤੇ। ਕਹਿੰਦੇ ਸੇਠ ਜੀ ਨਾਮ ਜਰੂਰ ਪਰਮੇਸ਼ਰ ਬਲਤਿਆਂ ਨੂੰ। ਉਹਦੇ ਮੁੰਡਿਆਂ ਨੂੰ ਕਢਾ ਤਾ ਵੀ ਚਲੋ ਅਜਾ ਮਲ ਮੰਗਣ ਨਵੇਂ ਲੈ ਲੂ, ਖਬਰ ਹੈ ਸਿਹਦੀ ਸੁਰਤ ਰੱਬ ਵਿੱਚ ਚਲੀ ਹੋ ਜਾਵੇ। ਪੈਂਦ ਵੱਲ ਕਢਾ ਤੇ, ਉਹ ਥੋੜ੍ਹਾ ਥੋੜ੍ਹਾ ਬੋਲਣ ਤੋਂ ਥੱਲੇ ਜਾਣ ਲੱਗ ਗਿਆ, ਨਵਜਾਂ ਠੰਡੀਆਂ ਬਾਂ ਠੰਡੀਆਂ ਹੋਣ। ਕਹਿੰਦੇ ਸੇਠ ਜੀ ਆਹ ਕੌਣ ਕੌਣ ਖੜੇ ਆ, ਜਿਹੜਾ ਨਾਂ ਲਿਓ ਤਾਂ ਪਛਾਣ ਦਿਓ। ਕਹਿੰਦਾ ਆਹੋ। ਉਹ ਕਹਿੰਦਾ ਉਹ ਤੁਸੀਂ ਸਾਰੇ ਹੀ ਦੁਕਾਨ ਛੱਡ ਕੇ ਆ ਗਏ, ਕੋਈ ਵੀ ਨਹੀਂ ਉੱਥੇ? ਇੰਨਾ ਕਹਿ ਕੇ ਸਾ ਉਟਕੋਰਾ ਚੱਲਿਆ ਮਰ ਗਿਆ। ਉਹ ਨਹੀਂ ਕਹੇ ਹੁੰਦਾ ਸਾਹ ਸਿੰਘ ਜੀ, ਨਹੀਂ ਅੰਤ ਵੇਲੇ ਨਾਮ ਲਾਇਆ ਹੁੰਦਾ, ਪਹਿਲਾਂ ਪ੍ਰੈਕਟਿਸ ਕਰਨੀ ਪੈਂਦੀ ਹੈ ਤਾਂ ਹੀ ਨਿਕਲਦਾ, ਨਹੀਂ ਤਾਂ ਗੱਲਾਂ ਹੀ ਹੋਰ ਆ ਜਾਂਦੀਆਂ। ਇਹ ਕੰਪਿਊਟਰਾਈਜ਼ਡ ਹੈ ਸਾਡਾ ਜਿਹੜਾ ਐਕਸ਼ਨ ਹੈ, ਉੱਥੇ ਵੈਰੀ ਇਜ਼ ਇਕੁਅਲ ਟੂ ਦਾ ਜਦ ਲੱਗਦੀ ਹੈ ਨਾ ਉਂਗਲੀ ਕੈਲਕੂਲੇਟਰ ਦੇ ਉੱਤੇ ਜਿਵੇਂ ਲੱਗਦੀ ਹੈ, ਉਹ ਸਾਵਾਂ ਆ ਜਾਣੀ ਹੈ ਟੋਟਲ, ਜਿਹੜਾ ਨੈੱਟ ਰਿਜ਼ਲਟ ਹੈ ਉਸ ਵੇਲੇ ਉਹ ਜਿਹਾ ਹੀ ਫੁਰਨਾ ਆਉਣਾ, ਉਹ ਜਿਹੀ ਚੋਣ ਮਿਲਦੀ ਹੈ। ਮਹਾਰਾਜ ਕਹਿੰਦੇ ਪਰ ਪਿਆਰਿਓ ਤੁਹਾਨੂੰ ਕਲਯੁੱਗ ਦੇ ਵਿੱਚ ਮਿਲ ਗਿਆ, ਕਲਯੁੱਗ 'ਚ ਨਾਮ ਦਾ ਮਹਾਤਮ ਕਿੰਨਾ ਕੋਈ ਦੱਸ ਨਹੀਂ ਸਕਦਾ ਇਹਦੇ ਬਾਰੇ, ਸਾਈ ਨਾਮ ਅਮੋਲ ਕੀਮਣਾ ਕੋਈ ਜਾਣ ਦਿਓ। ਹੁਣ ਜਪ ਲਓ ਤੁਸੀਂ, ਹੁਣ ਆਪਣੇ ਆਪ ਨੂੰ ਨੰਗਾ ਲਓ। ਫਿਰਿਆ ਉਹ ਸਿਰ ਚੜ੍ਹੇ ਨਹਾਤਾ, ਇਹੋ ਜਿਹਾ ਸੋਹਣਾ ਮੌਕਾ ਸਤਸੰਗ ਹੁੰਦਾ ਹੋਵੇ, ਸੋਝੀ ਹੋਵੇ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਵਾਲੇ ਹੋਈਏ, ਗੁਰੂ ਨਾਨਕ ਵਰਗੇ ਗੁਰੂ ਨਾਲ ਸਾਡਾ ਪਿਆਰ ਹੋਵੇ। ਕਹਿੰਦੇ ਫਿਰ ਨਹੀਂ ਇਹ ਹੱਥ ਆਉਣੀ ਇਹ ਚੀਜ਼, ਪਤਾ ਨਹੀਂ ਕਿਹਨੂੰ ਮੰਨਣ ਲੱਗ ਜਾਵੇ, ਕਿਸੇ ਕਬਰ ਨੂੰ ਇਹ ਮੰਨੀ ਜਾਵੇ ਸਾਰੀ ਜ਼ਿੰਦਗੀ। ਨਾਮ ਜਪਦਾ ਸੀ ਭਾਈ ਬਹਿਲੋ,
ਭਾਈ ਮੱਝ ਨਾਮ ਜਪਦਾ ਸੀ ਪਿਛਲੇ ਜਨਮ 'ਚ, ਬਹੁਤ ਵੱਡੇ ਤਪਸੀ ਦੋਵਾਂ ਦੇ। ਹੋਇਆ ਕੀ ਅਗਲਾ ਜਨਮ, ਉਹ ਨਗਾਈਏ ਨੂੰ ਹੀ ਮੰਨੀ ਗਏ, ਉੱਥੇ ਲੈ ਜਾਣਾ ਸੰਘ, ਪਿੱਠ ਕੁੱਟੀ ਜਾਣੀ ਲੋਹੇ ਨਾਲ, ਚਮੜੇ ਦੀ ਪਾਈ ਜਾਂਦੀ ਸੀਗੀ ਜਾਗਟ, ਉੱਥੇ ਮੱਥਾ ਟੇਕਣਾ, ਭਰਾਈ ਨੇ ਦਰੂਦ ਪੜ ਕੇ ਉਹ ਭੋਗ ਲਾ ਦੇਣਾ, ਰੋਟ ਨੂੰ ਉਹ ਜੂਠਾ ਖਾਈ ਜਾਣਾ, ਨਾ ਉਹ ਲੈਣ ਨਾ ਕੁਛ ਦੇਣ। ਉਹ ਪਰਵਲ ਸੰਸਕਾਰ ਗੁਰੂ ਸਾਹਿਬ ਤੋਂ ਲਿਆ। ਫਿਰ ਦੇਖ ਲਓ ਭਾਈ ਮੰਝ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਗੁਰੂ ਮੰਝ ਗੁਰੂ ਕਾ ਬੋਹੇ ਤਾਂ ਜਦ ਲੰਘਣੋ ਜਗ ਲੰਘਣਾ। ਸਾਰੇ ਸੰਸਾਰ ਨੂੰ ਲੁਕਾਉਣ ਵਾਲਾ ਬਣਾ ਤਾ ਮਹਾਰਾਜ ਨੇ, ਕਿਉਂਕਿ ਤਪਸੀ ਬਹੁਤ। ਪਰ ਉਹ ਤਾਂ ਚਾਂਸ ਹੋ ਗਿਆ, ਰਿਸ਼ਤੇਦਾਰ ਹੋ ਗਏ, ਉਹ ਪਹਿਲਾਂ ਤਾਂ ਉਲਟੇ ਚੱਕਰ 'ਚ ਪੈ ਗਿਆ ਸੀ, ਸਾਰਾ ਹੀ ਜਨਮ ਲੰਘ ਜਾਣਾ ਸੀ, ਖਬਰਾਂ ਕਿੰਨਿਆਂ ਕੁ ਦਾ ਲੰਘਿਆ। ਭਾਈ ਬਹਿਲੋ ਨੂੰ ਮਹਾਰਾਜ ਨੇ 3 ਵਾਰੀ ਬੰਦਾ ਭੇਜ ਕੇ ਬੁਲਾਇਆ ਸੀ, ਉਹ ਤੇਰੇ ਨਾਲ ਕੰਮ ਹੈ। ਬਾਬਾ ਜਵਾਲਾ ਸਿੰਘ ਜੀ 2 ਵਾਰੀ ਬੰਦਾ ਭੇਜਿਆ ਲੁਧਿਆਣੇ, ਉਹਨਾਂ ਨੇ ਮੰਗਲ ਸਿੰਘ ਦੇ ਪਾਸ ਇੰਡਸਟਰੀ ਆ ਉਹਦੀ ਲੁਧਿਆਣੇ। ਉਹ ਕਹਿੰਦਾ ਮੈਂ ਤਾਂ ਜਾਣਦਾ ਹੀ ਨਾ, ਮੈਂ ਕਿਸੇ ਸਾਧ ਕੋਲ ਕਦੇ ਗਿਆ। ਉਹ ਸੇਵਾਦਾਰ ਜਿਹੜਾ ਭੇਜਿਆ ਉਹ ਕਹਿੰਦਾ ਬਾਬਾ ਜੀ ਐਵੇਂ ਨਹੀਂ ਭੇਜਦੇ, ਤੇਰਾ ਨਾਂ ਕਿਵੇਂ ਜਾਣਗੇ। ਕਹਿੰਦਾ ਮੇਰੀ ਇੰਡਸਟਰੀ ਹੈ, ਕਿਸੇ ਨੇ ਦੱਸਤਾ ਹੋਣਾ, ਖਬਰਾਂ ਮੇਰੇ ਗਾਉਂ ਹੋਣਾ, ਉਹਨਾਂ ਨੂੰ ਕੋਈ ਇੰਜਣ ਉੰਜਣ ਲੈਣਾ ਹੋਣਾ। ਉਹ ਕਹਿੰਦੇ ਉਹ ਤਾਂ ਨਿਸ਼ਕਾਮ ਸਾਧੂ ਨੇ, ਨਿਰਵਾਸ਼ਨਾ ਦੁਨੀਆ ਮੰਗ ਰਹੀ ਹੈ ਉਹਨਾਂ ਦੀ ਦਲੀਜ ਅਤੇ ਸਿਰ ਧਰ ਧਰ ਕੇ, ਕਿੱਥੇ ਫਿਰਦਾ ਹੈ ਤੂੰ, ਕੋਈ ਗੱਲ ਹੈ। ਉਹ ਕਹਿੰਦਾ ਜੀ ਉਹ ਨਹੀਂ ਆਉਂਦਾ ਬਾਬਾ ਜੀ ਨੂੰ ਕਹਿਣ। ਕਹਿੰਦੇ ਜਾ ਉਹਨੂੰ ਕਹਿ ਉਹਦੀ ਅਮਾਨਤ ਸਾਡੇ ਕੋਲ ਪਈ ਹੈ, ਉਹ ਅਸੀਂ ਦੇਣੀ ਹੈ ਇਹਨੂੰ। ਦੁਬਾਰਾ ਫੇਰ ਗਿਆ, ਕਹਿੰਦਾ ਤੂੰ ਫੇਰ ਆ ਗਿਆ ਕਿ ਮੈਂ ਤੈਨੂੰ ਦੱਸਿਆ ਤਾਂ ਸੀ ਮੈਂ ਨਹੀਂ ਜਾਂਦਾ ਹੁੰਦਾ। ਉਹ ਕਹਿੰਦਾ ਮੇਰੇ ਕਹੇ 'ਤੇ ਹੱਥ ਬੰਨਦਾ ਤੇਰੇ ਮੂਹਰੇ ਵੀ ਚੱਲ, ਬਾਬਾ ਜੀ ਕੋਲ ਕੋਈ ਅਮਾਨਤ ਪਈ ਹੈ ਤੇਰੀ, ਅਸੀਂ ਨਹੀਂ ਇਸ ਟਰਮ ਨੂੰ ਸਮਝ ਸਕਦੇ। ਉਹ ਗਿਆ ਜਾ ਕੇ ਬਾਬਾ ਜੀ ਕਹਿਣ ਲੱਗੇ ਮੰਗਲ ਸਿਆਹ ਤੇਰੀ ਅਮਾਨਤ ਪਈ ਹੈ ਪਿਛਲੇ ਜਨਮ ਦੀ ਸਾਡੇ ਕੋਲ, ਪਿਛਲੇ ਜਨਮ 'ਚ ਰਹਿ ਗਿਆ ਸੀ ਤੂੰ, ਇੱਕ ਕਦਮ ਪੱਟਣਾ ਸੀ ਉਹ ਰਹਿ ਗਿਆ ਸੀ ਤੇਰਾ, ਇੱਧਰ ਆ, ਨਾ ਕੋਈ ਤਾਪ ਨਾ ਕੋਈ ਸੇਵਾ ਨਾ ਕੁਛ ਨਹੀਂ। ਅੰਦਰ ਲੈ ਗਏ, ਲਿਜਾ ਕੇ ਪ੍ਰਤੱਖ ਕਰਾਤਾ, ਆਤਮ ਸਾਕਸ਼ਾਤ ਕਰਾਤਾ। ਕਹਿੰਦੇ ਲੈ ਆਹ ਤੇਰੀ ਅਮਾਨਤ ਸਾਡੇ ਕੋਲ ਪਈ ਸੀ, ਜਾ ਹੁਣ ਤੂੰ ਆ ਚਾਹੇ ਨਾ। ਉਹ ਪਹਿਲਾ ਜਨਮ ਤਾਂ ਉਹਦਾ ਐਵੇਂ ਹੀ ਲੰਘ ਗਿਆ ਇੰਡਸਟਰੀ ਦੇ ਵਿੱਚ, ਉਹ ਤਾਂ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ। ਸੋ ਇਸ ਤਰ੍ਹਾਂ ਕਲਯੁੱਗ ਦੇ ਵਿੱਚ ਸਾਡਾ ਜਨਮ ਹੋ ਗਿਆ, ਸਾਨੂੰ ਸਤਸੰਗ ਪ੍ਰਾਪਤ ਹੋ ਗਈ, ਗੁਰੂ ਦੀ ਬਾਣੀ ਨਾਲ ਸਾਡਾ ਪਿਆਰ ਹੋ ਗਿਆ, ਗੁਰੂ ਨਾਨਕ ਦੇ ਘਰ ਨਾਲ ਸਾਡਾ ਰਿਸ਼ਤਾ ਹੋ ਗਿਆ। ਮਹਾਰਾਜ ਕਹਿੰਦੇ ਹੁਣ ਤਾਂ ਹੈਗਾ ਸਭ ਕੁਝ, ਫਿਰਿਆ ਉਸਰ ਚੜ੍ਹੇ ਨਾ ਆਤਾ, ਫਿਰ ਖਬਰਾਂ ਇਹ ਵਾਰੀ ਮਿਲੇ ਕਿ ਨਾ ਮਿਲੇ, ਕਿੱਥੇ ਜਾਈ। ਨਾਮ ਜਪੋ ਤਾਂ ਕਟੀਆ ਫਾਸਾ, ਫਿਰ ਆਵਣ ਜਾਣ ਨਾ ਹੋਈ, ਏਕਾ ਏਕ ਜਪੋ ਜਪਸੋ, ਕਰੋ ਕਿਰਪਾ ਪ੍ਰਭ ਕਰਨੇ ਹਾਰੇ, ਮੇਲ ਲਿਓ ਨਾਨਕ ਬੇਚਾ। ਕਹਿੰਦੇ ਪਾਦਾ ਜੀ ਆਹ ਹਾਲ ਹੈ, ਮੈਨੂੰ ਤੂੰ ਹੋਰੇ ਪੜ੍ਹਾਈ ਪੜ੍ਹਾਉਣ ਲੱਗ ਗਿਆ, ਤੈਨੂੰ ਪਤਾ ਵੀ ਲੇਖੇ ਪੱਤੇ ਹੁੰਦੇ ਨੇ। ਹੈਰਾਨ ਹੋਇਆ ਝਾਕੀ ਜਾਂਦਾ ਗੁਰੂ ਮਹਾਰਾਜ, ਹੈਰਾਨ ਹੋਈ ਜਾਂਦਾ ਹੱਥ ਬੰਨੇ ਨੇ, ਉਹ ਚਿਹਰਾ ਮਹਾਰਾਜ ਦਾ ਲਿਸ਼ਕਾਰੇ ਮਾਰਦਾ, ਇੰਨਾ ਸਜਾਇਆ ਹੋਇਆ, ਗਹਿਣੇ ਪਾ ਕੇ ਲੂਲਾਂ ਪਾ ਕੇ, ਹੁਣ ਤਾਂ ਮੇਰੇ ਨਾਲ ਗੁੱਸੇ ਹੋ ਜਾਣਗੇ ਜੇ ਕਹਿਣਗੇ ਜੀ ਮਹਾਰਾਜ ਵੀ ਕਿਤੇ ਗਹਿਣੇ ਪਹਿਨਦੇ ਸੀ। ਉਹ ਤਾਂ ਗੁਰੂ ਮਹਾਰਾਜ ਦੇ 2 10ਵੇਂ ਪਾਤਸ਼ਾਹ ਦੇ ਕੰਗਣ ਲਿਆ ਤੇ, ਕਿਸੇ ਨੇ 2 ਪਾਏ ਹੋਏ ਸੀ ਸੋਨੇ ਦੇ ਕੰਗਣ। ਉਹ ਮਹਾਰਾਜ ਨੇ ਇੱਕ ਉਹਦੇ ਸਿੱਟਤਾ ਗੰਗਾ 'ਚ,
ਮਾਤਾ ਜੀ ਆ ਗਈ, ਮਾਮਾ ਕਿਰਪਾਲ ਜੀ ਆ ਗਏ, ਕਹਿੰਦੇ ਲਾਲ ਜੀ ਕਿੱਥੇ ਸਿੱਟਿਆ? ਉਹ ਦੂਆ ਲਾਇਆ ਭਗਾ ਕੇ ਮਾਰਿਆ, ਕਹਿੰਦੇ ਉਹ ਸਿੱਟਿਆ ਉੱਥੇ ਨੇ, ਉਹ ਜੇ ਪਾਏ ਹੋਏ ਸੀ ਤਾਂ ਹੀ ਸਿੱਟੇ। ਇਹ ਹੁਣ ਦੀਆਂ ਗੱਲਾਂ ਨੇ, ਹੁਣ ਅਸੀਂ ਹੋਰ ਤਰ੍ਹਾਂ ਸੋਚਦੇ ਹਾਂ। ਅਜੇ ਕੀ, ਅਜੇ ਤਾਂ 100 ਸਾਲ ਨੂੰ ਦੇਖਿਓ ਕਿਵੇਂ ਸੋਚਣਗੇ। ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਤਾਲੀਮ ਹੈ ਨਾ, ਅਦਲ ਬਦਲ ਹੋ ਜਾਣੀ ਹੈ। ਹੁਣੇ ਹੀ ਲੱਗੇ ਸੀ ਕਰਨ, ਉਹ ਤਾਂ ਮਹਾਂਪੁਰਸ਼ ਤਗੜੇ ਹੋ ਗਏ, ਮੰਗਲ ਬਦਲ ਨਾ ਦਿੱਤੇ, 2 ਪੰਥ ਬਣ ਜਾਣੇ ਸੀ, ਜਦ ਬਚ ਗਿਆ ਜਦ ਦੁਫਾੜ ਹੁੰਦਾ ਹੁੰਦਾ। ਸੋ ਹੁਣ ਹੋਸ਼ ਆਵਾਜ਼ ਨਾਲ ਮਹਾਰਾਜ ਕਹਿੰਦੇ ਇਹ ਅਵੇਲ ਕਰ ਲੈ ਤੂੰ ਜਿਹੜਾ ਹੈਗਾ। ਵਾਰ ਵਾਰ ਕਹਿੰਦੇ ਪਾਧਾ ਜੀ ਤੁਹਾਨੂੰ ਪਤਾ ਨਾ ਗਾਂ ਲੇਖੇ ਪੱਤੇ ਹੋਣੇ। ਕਹਿੰਦੇ ਨਾਨਕ ਜੀ ਜਿੱਥੇ ਤੁਸੀਂ ਇੰਨੇ ਬਚਨ ਕੀਤੇ ਨੇ ਮੈਂ ਤਾਂ ਹੈਰਾਨ ਹਾਂ। ਮੈਂ ਸੋਚੀ ਜਾਂਦਾ ਵੀ ਪਰਮੇਸ਼ੁਰ ਦੇ ਬਾਰੇ ਮੈਂ ਸੋਚਦਾ ਹੁੰਦਾ ਸੀ ਵੀ ਮੇਰੇ ਵਰਗੇ ਮਾਸਟਰ ਨੂੰ ਵੀ ਕਦੇ ਦਰਸ਼ਨ ਹੋ ਜਾਣਗੇ। ਅਤੇ ਹੁਣ ਮੈਂ ਅੰਦਰੋਂ ਪੂਰੇ ਸ਼ਰਧਾ ਨਾਲ ਕਹਿਣਾ ਇਹ ਨਾਨਕ ਤੂੰ ਹੈ ਤਾਂ ਛੋਟਾ ਜਿਹਾ ਬਾਲ, ਪਰ ਮੈਨੂੰ ਐਂ ਲੱਗਦਾ ਵੀ ਤੂੰ ਪਰਮੇਸ਼ੁਰ ਹੈ। ਮੈਨੂੰ ਇਹ ਵੀ ਗੱਲ ਨਾਲ ਦੀ ਨਾਲ ਦੱਸਦੇ ਕਿਉਂਕਿ ਮੈਂ ਨਹੀਂ ਮੰਨਦਾ ਵੀ ਲੇਖਾ ਪਤਾ ਕਿਹੜਾ ਹੁੰਦਾ, ਮੇਰੇ ਮਨ 'ਚ ਨਹੀਂ ਆਉਂਦਾ। ਸੁਣਿਆ ਸੁਣਾਈਆਂ ਹੈਗੀਆਂ, ਅਸੀਂ ਲੋਕਾਂ ਨੂੰ ਦੱਸ ਵੀ ਦਿੰਦੇ ਹਾਂ, ਪਰ ਤੇਰੇ ਮੁੱਖ ਤੋਂ ਸੁਣਨਾ ਚਾਹੁੰਦੇ ਹਾਂ। ਲੇਖਾ ਮੰਗੇਗਾ ਧਰਮ ਰਾਜਾ ਬਾਣੀਆ ਨਮਾਣੀ ਤੇਰੀ ਮੰਗੇਗਾ ਧਰਮ ਰਾਜਾ ਬਾਣੀ ਪਿਆਰੇ
ਲਿਖੇ ਹੋਣੇ ਨੇ ਜੋ ਆਪਾਂ ਕੰਮ ਕਰਨੇ ਨੇ, ਇਕੱਲਾ ਇਕੱਲਾ ਕਰਮ ਲਿਖਿਆ ਜਾਣਾ, ਅਤੇ ਫਿਰ ਜਿਹੜੇ ਲੋਕੇ ਕਰਨੇ ਨੇ ਉੱਥੇ ਲੁਕਿਆ ਹੋਇਆ ਕਰ ਕੰਮ ਕੋਈ ਲੁਕਿਆ ਨਹੀਂ ਨਾ। ਲੋਕ ਕਰਤ ਵਿਖਾਰ ਵਿਗੜੇ, ਪ੍ਰਭ ਨੇੜ ਹੂੰ ਤੇ ਨੇੜਿਆ, ਰੱਬ ਤਾਂ ਨੇੜੇ ਤੋਂ ਨੇੜਿਆ, ਲੁਕੇਗਾ ਕਿੱਥੋਂ? ਪਾਪ ਕਰ ਲਏਗਾ, ਦੁਨੀਆਂ ਤੋਂ ਲਾਂਭੇ ਹੋ ਜਾਏਗਾ, ਚਲਾਕੀਆਂ ਕਰ ਲਏਗਾ,
ਪਰ ਪਿਆਰਿਆ ਤੈਨੂੰ ਹਰ ਵਕਤ ਦੇਖਦਾ ਹੈ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਨੇ। ਸੋ ਇਸ ਕਰਕੇ ਪਾਧਾ ਜੀ, ਜੇ ਮੈਨੂੰ ਪੜ੍ਹਾਉਣਾ ਹੈ ਤਾਂ ਉਹ ਪੜ੍ਹਾਈ ਪੜ੍ਹਾਓ ਜਿਹਦੇ ਨਾਲ ਲੇਖੇ ਪੱਤੇ ਸਾਰੇ ਕੱਟੇ ਜਾਣ। ਕਹਿਣ ਲੱਗਿਆ ਨਾਨਕ ਜੀ, ਤੂੰ ਸਟੂਡੈਂਟ ਹੈ, ਮੈਂ ਟੀਚਰ, ਪਰ ਮੈਂ ਹੁਣ ਹਿਰਦੇ ਦੀ ਅੰਦਰਲੀ ਤਹਿ ਤੋਂ ਕਹਿਣਾ, ਤੂੰ ਮੇਰਾ ਟੀਚਰ ਹੈ, ਮੈਂ ਤੇਰਾ ਸਟੂਡੈਂਟ, ਮੈਨੂੰ ਕਿਸੇ ਰਾਹ ਪਾ। ਮੈਨੂੰ ਉਹ ਲੇਖਾ ਲਿਖਣਾ ਦੱਸਦੇ ਜਿਹੜਾ ਜਾਣ ਕੇ ਫੇਰ ਮੁੜ ਕੇ ਲੇਖਾ ਦੇਣਾ ਹੀ ਨਾ ਪਵੇ। ਮਹਾਰਾਜ ਕਹਿੰਦੇ ਸਿੱਖ ਲੈ ਫਿਰ ਲਿਖਣਾ, ਤੂੰ ਜਾਣ ਲੈ ਲੇਖਾ ਲਿਖਣਾ ਬਾਬਾ, ਲਿਖਣਾ ਤੂੰ ਜਾਣ ਲੈ ਲੇਖਾ ਲਿਖਣਾ ਬਾਬਾ। ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਲੇਖਾ ਇਹੋ ਜਿਹਾ ਨਹੀਂ ਹੈ, ਕਿਤਾਬਾਂ ਪੜ੍ਹੀਆਂ ਹੋਈਆਂ, ਹਿਸਾਬ ਕਿਤਾਬ, ਸਾਇੰਸ, ਇੰਜੀਨੀਅਰਿੰਗ, ਮੈਡੀਕਲ ਸਾਇੰਸ, ਹੋਰ ਅਨੇਕਾਂ ਚੀਜ਼ਾਂ ਪੜ੍ਹੀਆਂ ਹੋਈਆਂ, ਨਾਲ ਨਹੀਂ ਜਾਂਦੀਆਂ। ਜਿਹਨੂੰ ਇਹ ਲੇਖਾ ਲਿਖਣਾ ਆ ਗਿਆ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਬਰਾਬਰ ਖੜਦਾ ਹੈ। ਕਹਿੰਦਾ ਹੇ ਨਾਨਕ, ਉਹਦਾ ਸਕੂਲ ਕਿਹਾ ਜਿਹਾ, ਉਹਦਾ ਟੀਚਰ ਕਿਹਾ ਜਿਹਾ, ਉਹ ਸਿਆਹੀ ਕਹੀ ਜੀ ਹੈ, ਉਹ ਕਾਗਜ਼ ਕਿਹਾ ਜਿਹਾ ਜਿਹਦੇ ਉੱਤੇ ਲੇਖੇ ਲਿਖਣੇ ਨੇ, ਲਿਖਣ ਵਾਲਾ ਕੌਣ ਹੈ, ਕਿਵੇਂ ਲਿਖਿਆ ਜਾਂਦਾ ਹੈ, ਕਿਹੜੀ ਚੀਜ਼ ਲਿਖੀ ਜਾਂਦੀ ਹੈ, ਉਹ ਮੈਨੂੰ ਖੋਲ੍ਹ ਕੇ ਦੱਸ। ਇਹ ਪਾਤਸ਼ਾਹ, ਮੈਂ ਤੈਨੂੰ ਹੁਣ ਗੁਰੂ ਮੰਨ ਰਿਹਾ,
ਹਿਰਦੇ ਦੀ ਤਹਿ ਤੋਂ ਮੈਂ ਬੋਲ ਰਿਹਾ ਇਸ ਵੇਲੇ। ਮੈਨੂੰ ਭੁਲੇਖਾ ਸੀ ਵੀ ਨਾਨਕ, ਮੈਂ ਤਾਂ ਕਾਲੂ ਦਾ ਪੁੱਤਰ ਸੁਣਦੇ ਸੀ, ਬੜੀਆਂ ਲੋਕ ਗੱਲਾਂ ਕਰਦੇ, ਪਰ ਅੱਜ ਮੇਰੇ ਨਾਲ ਵਾਹ ਪੈ ਗਏ। ਹੇ ਭਗਵਾਨ, ਮੈਂ ਹੁਣ ਸੱਚੀ ਸੱਚੀ ਮੱਚੀ ਤੈਨੂੰ ਭਗਵਾਨ ਦਾ ਰੂਪ, ਤੂੰ ਤਾਂ ਆਪ ਆਇਆ ਹੈ, ਪਰ ਮੇਰਾ ਹੀ ਉਧਾਰ ਕਰਨ ਵਾਸਤੇ ਮੇਰੇ ਕੋਲ ਪੜ੍ਹਨ ਦਾ ਬਹਾਨਾ ਕਰਕੇ ਆ ਗਏ। ਹੁਣ ਕਿਰਪਾ ਕਰ ਮੇਰੇ ਉੱਤੇ, ਕਿਉਂਕਿ ਹੁਣ ਸਮਾਂ ਜਾਚ ਨਹੀਂ ਦਿੰਦਾ। ਇਸ ਤੋਂ ਅੱਗੇ ਜੋ ਬਚਨ ਹਨ, ਅਗਲਾ ਪ੍ਰੋਗਰਾਮ ਜੋ ਐਤਵਾਰ ਦਾ ਆਏਗਾ, ਉਹਦੇ ਵਿੱਚ ਆਪਾਂ ਵਿਚਾਰਾਂਗੇ ਵੀ ਉਹ ਲੇਖਾ ਲਿਖਿਆ ਕਿਵੇਂ ਜਾਂਦਾ ਹੈ, ਸਿਆਹੀ ਕਹੀ ਜੀ ਹੁੰਦੀ ਹੈ, ਕਾਗਜ਼ ਕਿਹਾ ਜਿਹਾ ਹੁੰਦਾ, ਕੀ ਉਹਦੇ 'ਤੇ ਲਿਖ ਹੁੰਦਾ, ਉਸ ਲਿਖਣ ਦਾ ਕੀ ਇਫੈਕਟ ਹੁੰਦਾ, ਇਹ ਸਾਰੀ ਗੱਲ ਵਿਚਾਰਾਂਗੇ। ਸੋ ਹੁਣ ਸਾਰੇ ਪ੍ਰੇਮੀ ਜਿਹੜੇ ਹਾਜ਼ਰ ਨੇ ਉਹ ਆਨੰਦ ਸਾਹਿਬ 'ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਪਿਆਰਿਓ, ਆਪਣਾ ਰਸਨਾ ਪਵਿੱਤਰ ਕਰ ਲਓ।